press the bell icon and never miss a video from newsnumber.com. ਪੰਜਾਬ ਸਰਕਾਰ ਵੱਲੋਂ ਹੈਲਥ ਵਿਭਾਗ ਦੇ ਵਿੱਚ ਸੇਵਾਵਾਂ ਨਿਭਾ ਚੁੱਕੇ ਉਹ ਲੋਕ ਜਿਹੜੇ ਹੁਣ ਦੁਨੀਆ 'ਤੇ ਨਹੀਂ ਰਹੇ ਉਹਨਾਂ ਦੇ ਆਸ਼ਰਿਤਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। 12 ਫਰਵਰੀ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸਰਦਾਰ ਅਮਰਦੀਪ ਸਿੰਘ ਚੀਮਾ ਨੇ ਸੈਕਟਰ 34 ਵਿਖੇ ਸਥਿਤ ਦਫ਼ਤਰ ਡਾਇਰੈਕਟਰ ਹੈਲਥ ਸਰਵਿਸ ਵਿਖੇ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਪੰਜਾਬ ਦੇ ਹੈਲਥ ਸਰਵਿਸ ਡਾਇਰੈਕਟਰ ਮੈਡਮ ਜਸਪਾਲ ਕੌਰ ਵੀ ਹਾਜ਼ਰ ਰਹੇ। ਜਿਹੜੀਆਂ ਮੁਸ਼ਕਲਾਂ 'ਚੋਂ ਲੰਘ ਕੇ ਤੁਹਾਨੂੰ ਨੌਕਰੀ ਮਿਲੀ ਹੈ ਅੱਜ, ਕਿ ਸਿਹਤ ਮਹਿਕਮੇ ਨੇ ਤੁਹਾਡਾ ਕਿੰਨਾ ਖਿਆਲ ਰੱਖਿਆ, ਪੂਰਾ ਜੀ ਜਾਨ ਲਾ ਕੇ ਸੇਵਾ ਕਰਨ ਦਾ ਮੌਕਾ ਤੁਹਾਨੂੰ ਮਿਲਿਆ ਤੇ ਇਹਨੂੰ ਕਰਿਓ। ਨਿਯੁਕਤੀ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਨੌਜਵਾਨਾਂ ਦੇ ਵਿੱਚ ਉਤਸ਼ਾਹ ਵੇਖਣ ਨੂੰ ਮਿਲਿਆ। ਸੋ ਨਿਯੁਕਤ ਕੀਤੇ ਗਏ ਨੌਜਵਾਨ ਸਾਡੇ ਨਾਲ ਲਿਆ, ਉਹਨਾਂ ਨਾਲ ਗੱਲਬਾਤ ਕਰਦੇ। ਸਰ ਜੀ, ਸਭ ਤੋਂ ਪਹਿਲਾਂ ਜੀ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ। ਗਰੀਬ ਹਾਲਾਤ ਦੀ ਗਈ ਬਹੁਤ ਵਧੀਆ ਜੀ, ਗੌਰਮੈਂਟ ਨੇ ਸਾਡੀ ਸੁਣੀ ਹੈ ਜੀ, ਸਾਡੀ ਆਸ ਤੀਗੀ ਜੀ ਉਹ ਸਾਰੀ ਪੂਰੀ ਕੀਤੀ ਗਈ ਹੈ ਜੀ, ਅਸੀਂ ਬਹੁਤ ਖੁਸ਼ ਹਾਂ ਜੀ। ਇਸ ਤੋਂ ਅੱਗੇ ਜੀ ਬਹੁਤ ਇਮਾਨਦਾਰੀ ਨਾਲ ਕੰਮ ਕਰਾਂਗੇ ਜੀ ਅਸੀਂ, ਅਤੇ ਆਪਣੇ ਵੱਡਿਆਂ ਦਾ ਨਾਮ ਰੋਸ਼ਨ ਕਰਾਂਗੇ ਜੀ। ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਸੰਘਰਸ਼ ਕਰਦਾ, ਤੁਹਾਨੂੰ ਇਹ ਤਾਂ ਨਹੀਂ ਲੱਗਦਾ ਵੀ ਨਿਯੁਕਤੀਆਂ ਜੋ ਲੇਟ ਹੋਈਆਂ ਤੁਹਾਡੀਆਂ? ਨਹੀਂ, ਠੀਕ ਹੈ, ਕੋਈ ਜ਼ਿਆਦਾ ਲੇਟ ਨਹੀਂ ਹੋਇਆ, ਪਰ ਸਰਕਾਰ ਨੇ ਆਪਣਾ ਬਹੁਤ ਕੋਆਪਰੇਟ ਕੀਤਾ ਹੈ ਔਰ ਆਪਣੀ ਫੈਮਿਲੀ ਵਾਸਤੇ ਬਹੁਤ ਕੁਛ ਕੀਤਾ ਹੈ। ਇਹ ਇੱਕ ਮਹਿਕਮਾ ਵੀ ਐਸਾ ਕਿ ਜਿੱਦਾਂ ਡਾਇਰੈਕਟਰ ਸਾਹਿਬ ਨੇ ਚੇਅਰਮੈਨ ਸਾਹਿਬ ਨੇ ਹੁਣੇ ਸੰਬੋਧਨ ਕਰਦੇ ਤੁਹਾਨੂੰ ਕਿਹਾ ਕਿ ਮਰੀਜ਼ ਅਤੇ ਪਰਮਾਤਮਾ ਦੇ ਵਿੱਚ ਤੁਸੀਂ ਰਸਤਾ ਹੋ, ਤਾਂ ਕਿੰਨਾ ਕੁ ਤੁਹਾਨੂੰ ਲੱਗਦਾ ਵੀ ਤੁਸੀਂ ਆਪਣੀ ਨੌਕਰੀ ਨੂੰ ਕਿੰਨੇ ਕੁ ਤਨਦੇਹੀ ਨਾਲ ਨਿਭਾਓਗੇ? ਪੰਜਾਬ ਸਰਕਾਰ ਡਿਪਾਰਟਮੈਂਟ ਨੇ ਤੁਹਾਡਾ ਸਾਥ ਦਿੱਤਾ, ਤੁਸੀਂ ਡਿਪਾਰਟਮੈਂਟ ਦਾ ਕਿਸ ਤਰੀਕੇ ਨਾਲ ਸਾਥ ਦਿਓ? ਅਸੀਂ ਵੀ ਬਿਲਕੁਲ ਕੀ ਕਹਿੰਦੇ, ਪੰਜਾਬ ਸਰਕਾਰ ਦਾ ਬਹੁਤ ਰਿਣੀ ਹਾਂ ਅਸੀਂ, ਕੀ ਕਹਿੰਦੇ ਸਾਨੂੰ ਬਹੁਤ ਘੱਟ ਸਮੇਂ ਦੇ ਵਿੱਚ ਕੀ ਕਹਿੰਦੇ ਇਹਨਾਂ ਨੇ ਸਾਨੂੰ ਵੀ ਜੁਆਇਨਿੰਗ ਲੈਟਰ ਦਿੱਤੇ ਆ ਸਾਨੂੰ, ਅਤੇ ਬਹੁਤ ਅਸੀਂ ਇਹਨਾਂ ਦੇ ਰਿਣੀ ਹਾਂ, ਕੀ ਕਹਿੰਦੇ ਹਾਂ ਬਹੁਤ ਤਨਦੇਹ ਨਾਲ ਅਸੀਂ ਸੇਵਾ ਕਰਾਂਗੇ, ਅਤੇ ਵੀ ਹੋਰ ਸਟਾਫ ਦਾ ਕੀ ਕਹਿੰਦੇ ਇਹਨਾਂ ਦਾ ਮੁਲਾਜ਼ਮਾਂ ਦਾ ਨਾਮ ਰੋਸ਼ਨ ਕਰੀਏ ਅਸੀਂ, ਕੀ ਕਹਿੰਦੇ ਹਾਂ। ਅੱਜ ਇੱਕ ਪੰਜਾਬ ਸਰਕਾਰ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਗਿਆ ਸੀਗਾ, ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਮਾਰਗ ਦਰਸ਼ਨ ਹੇਠ ਸਾਡੇ ਸਿਹਤ ਮੰਤਰੀ ਬ੍ਰਹਮਿੰਦਰਾ ਜੀ ਨੇ ਕੰਪੈਸ਼ਨੇਟ ਗਰਾਊਂਡ 'ਤੇ ਜੋ ਸਾਡੇ ਮੁਲਾਜ਼ਮ ਸੀਗੇ ਉਹਨਾਂ ਦੇ ਆਸ਼ਰਿਤਾਂ ਨੂੰ ਅੱਜ ਨੌਕਰੀ ਦਿੱਤੀ ਇਸ ਡਿਪਾਰਟਮੈਂਟ ਦੇ ਵਿੱਚ, ਅਤੇ ਸਾਡੇ ਡਾਇਰੈਕਟਰ ਹੈਲਥ ਜਸਪਾਲ ਕੌਰ ਜੀ ਨੇ ਪੂਰਾ ਇਸ 'ਤੇ ਕਾਰਵਾਈ ਕਰਵਾ ਕੇ, ਡਿਊ ਡਿਲੀਜੈਂਸ ਕਰਵਾ ਕੇ ਨਵੀਂ ਸ਼ੁਰੂਆਤ ਹੋਈ ਇਹਨਾਂ ਬੱਚਿਆਂ ਦੀ, ਔਰ ਉਸ ਸੰਬੰਧ ਵਿੱਚ ਅੱਜ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ। ਕਿਉਂਕਿ ਹਮੇਸ਼ਾ ਹੈਲਥ ਮਹਿਕਮਾ ਆਪਣੇ ਮੁਲਾਜ਼ਮਾਂ ਦੇ ਨਾਲ ਖੜ੍ਹਾ ਰਿਹਾ, ਅੱਜ ਇੱਕ ਉਹਦੀ ਇਗਜ਼ਾਮਪਲ ਸੀਗੀ ਕਿ ਜੇ ਉਹ ਦੁਨੀਆ 'ਤੇ ਨਹੀਂ ਰਹੇ ਤਾਂ ਉਹਨਾਂ ਦੇ ਆਸ਼ਰਿਤਾਂ ਨੂੰ ਦਰਜਾ ਬਦਰਜਾ ਉਹਨਾਂ ਨੂੰ ਅੱਜ ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡੇ ਗਏ ਨੇ।